ਜਿਹੜਾ ਫੈਸਟੀਵਲ ਸੀਜ਼ਨ ਚੱਲ ਰਿਹਾ ਤੇ ਉਹਦੇ ਕਰਕੇ ਅਸੀਂ ਵੈਸੇ ਹੀ ਅਲਰਟ ਜਿਹੜਾ ਜਾਰੀ ਕੀਤੇ ਹੋਏ ਨੇ ਔਰ ਵੈਸੇ ਵੀ ਜਿਹੜੀ ਕਿਉਂਕਿ ਰਣਜੀਤ ਐਵਨਿਊ ਨੂੰ ਅੱਜ ਅਸੀਂ ਇੱਕ ਸਰਪ੍ਰਾਈਜ਼ ਆਪਣੀ ਜਿਹੜੀ ਚੈਕਿੰਗ ਦਾ ਵਿੱਚ ਬਣਾਇਆ ਸੀਗਾ ਇਹਨੂੰ ਟਾਰਗੇਟ ਉਹਦੇ 'ਚ ਅਸੀਂ ਤਕਰੀਬਨ ਜਿਹੜਾ 11 ਨਾਕੇ ਲਾਏ ਆ 100 ਦੇ ਕਰੀਬ ਐਕਸਟਰਾ ਫੋਰਸ 110 ਬੰਦੇ ਲਾਏ ਆ ਜਿਹਦੇ 'ਚ ਦੋ ਇੱਕ DCP ਸਾਹਿਬ 2 ADCP 3 ACP 4 SHOs ਅਤੇ 7 ਇੰਸਪੈਕਟਰ ਅਤੇ ਚੌਕੀ ਇੰਚਾਰਜ ਉਹਦਾ ਮਕਸਦ ਇਹ ਸੀਗਾ ਕਿ ਇੱਕਦਮ ਇਹ ਸਰਪ੍ਰਾਈਜ਼ ਐਲੀਮੈਂਟ ਨਾਲ ਸਾਨੂੰ ਪਤਾ ਲੱਗੇ ਕਿ ਜਿਹੜੇ ਕੋਈ ਐਂਟੀ ਸੋਸ਼ਲ ਜਾਂ ਕ੍ਰਿਮੀਨਲ ਐਲੀਮੈਂਟਸ ਨੇ ਉਹ ਅਗਰ ਫਿਰਦੇ ਆ ਤਾਂ ਇਹਨੂੰ ਸਾਰਾ ਬਲੌਕ ਕੀਤਾ ਗਿਆ ਸੀ ਜਿੰਨੇ ਵੀ ਐਸਕੇਪ ਰੂਟ ਸੀ ਤਾਂ ਹੀ ਇਹ 11 ਨਾਕੇ ਲੱਗੇ ਸੀ ਸੋ ਦੈਟ ਜਦੋਂ ਚੈਕਿੰਗ ਸ਼ੁਰੂ ਹੋਵੇ ਕੋਈ ਐਸਕੇਪ ਨਾ ਕਰ ਸਕੇ ਸੋ ਇਹਦੇ ਨਾਲ ਬੜਾ ਅੱਛਾ ਇੰਪੈਕਟ ਗਿਆ ਔਰ ਕਾਫੀ ਜਿਹੜੇ 2-wheelers ਅਤੇ ਬਾਕੀ ਗੱਡੀਆਂ ਇੰਪਾਊਂਡ ਕੀਤੀਆਂ ਗਈਆਂ ਇਹਦੇ 'ਚ 12 ਜਿਹੜੇ ਇੰਪਾਊਂਡਿੰਗ ਹੋਈ ਹੈ ਵਹੀਕਲਸ ਦੀ ਔਰ 48 ਟ੍ਰੈਫਿਕ ਦੇ ਚਲਾਨ ਪੇਸ਼ ਕੀਤੇ ਮਤਲਬ ਕੱਟੇ ਗਏ ਆ ਤੋ ਇਹਦੇ 'ਚ ਇਹਨੂੰ ਅਸੀਂ ਕੰਟੀਨਿਊ ਕਰਾਂਗੇ ਜਿੱਦਾਂ ਜਿੱਦਾਂ ਸਾਨੂੰ ਕੋਈ ਪੋਕਿਟ ਲੱਗਦੀ ਹੈ ਸੈਂਸਿਟਿਵ ਉਹਦੇ ਉੱਤੇ ਅਸੀਂ ਟਾਰਗੇਟ ਕਰਾਂਗੇ ਸਰ ਜਿਹੜੀ ਚੈਕਿੰਗ ਕਰ ਰਹੇ ਹੋ ਤੁਸੀਂ ਇਸ ਦੇ ਦੌਰਾਨ ਕਿਉਂਕਿ ਦੀਵਾਲੀ ਦਾ ਤਿਉਹਾਰ ਆ ਕੋਈ ਇਸ ਤਰ੍ਹਾਂ ਦੇ ਬਲਾਸਟ ਵਗੈਰਾ ਵੀ ਸਾਹਮਣੇ ਆਉਂਦੇ ਨੇ ਜਿੱਥੇ ਪਟਾਕੇ ਪਹਿਲਾਂ ਹੀ ਲੋਕੀ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਕੋਈ ਇਸ ਚੀਜ਼ ਦੇ ਆੜ ਦੇ ਵਿੱਚ ਕੋਈ ਘਟਨਾ ਨੂੰ ਅੰਜਾਮ ਨਾ ਦੇਵੇ ਕੋਈ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਗਿਆ ਬਿਲਕੁਲ ਸਰ ਅਸੀਂ ਬੜੇ ਕਲੀਅਰ ਡਾਇਰੈਕਸ਼ਨਸ ਨੇ ਜੀ ਕਿ ਜਿੱਥੇ ਵੀ ਕੋਈ ਇਹੋ ਜਿਹੀ ਇਲੀਗੈਲਿਟੀ ਆਉਂਦੀ ਹੈ ਸਾਹਮਣੇ ਉੱਤੇ ਐਕਸ਼ਨ ਲਿਆ ਜਾਵੇ ਸਪੈਸ਼ਲੀ ਫਾਇਰ ਕ੍ਰੈਕਰਸ ਐਂਡ ਚਾਈਨਾ ਡੋਰ ਇਹਨਾਂ ਨੂੰ ਅਸੀਂ ਬੜੇ ਟੌਪ ਆਪਣੇ ਟਾਰਗੇਟਸ ਰੱਖੇ ਆ ਜੀ ਸਰ ਕੋਈ ਸੈਂਸਿਟਿਵ ਏਰੀਆਜ਼ ਆਈਡੈਂਟੀਫਾਈ ਕੀਤੇ ਤੇ ਤੁਸੀਂ 11 ਰਸਤੇ ਇਸ ਤੋਂ ਇਲਾਵਾ ਕੋਈ ਹੋਰ ਸੈਂਸਿਟਿਵ ਜਾਂ ਹਾਈਪਰ ਸੈਂਸਿਟਿਵ ਨਹੀਂ ਉਹ ਫਿਰ ਜੇ ਆਪਾਂ ਜਿੱਥੇ ਧਾਰਮਿਕ ਪਲੇਸਸ ਨਹੀਂ ਉਹ ਤਾਂ ਅਸੀਂ ਸਾਰੇ ਓਵਰਆਲ ਹੀ ਦੱਸ ਰਹੇ ਵੀ ਜੇ ਅਗਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਾਂ ਪਬਲਿਕ ਨਾਲ ਕਰਾਂਗੇ ਫਿਰ ਉਹਦੀ ਸਰਪ੍ਰਾਈਜ਼ ਐਲੀਮੈਂਟ ਦੂਰ ਹੋ ਜਾਂਦਾ ਜਿਵੇਂ ਰਣਜੀਤ ਐਵਨਿਊ ਦਾ ਅਸੀਂ ਦੁਪਹਿਰੇ ਹੀ ਮੈਂ ਆਫੀਸਰਸ ਨੂੰ ਵੀ ਲੇਟ ਹੀ ਦੱਸਿਆ ਤੋ ਅਸੀਂ ਪਲਾਨ ਕੀਤਾ ਜੋ ਇਨਪੁੱਟ ਸਾਡੇ ਕੋਲ ਆ ਰਹੀ ਸੀ ਇਹਦੇ ਨਾਲ ਕੀ ਹੈ ਕਿ ਸਾਰੇ ਸਿਟੀ ਦੇ ਵਿੱਚ ਇੱਥੇ ਜਦੋਂ ਚੈਕਿੰਗ ਹੁੰਦੀ ਹੈ ਕਿ ਫੁੱਟਫਾਲ ਬਹੁਤ ਹੈ ਉਹਦਾ ਇੰਪੈਕਟ ਸਾਰੇ ਸ਼ਹਿਰ 'ਚ ਮਹਿਸੂਸ ਹੁੰਦਾ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਆਪਣੇ ਵੱਲੋਂ ਹਾਰਦਿਕ ਵਧਾਈ ਵੀ ਦਿੰਦਾ ਸਾਰੇ ਪਰਿਵਾਰਾਂ ਨੂੰ ਔਰ ਸਾਰੇ ਨਾਗਰਿਕਾਂ ਨੂੰ ਬਟ ਆਪਾਂ ਆਪਣੀ ਸੇਫਟੀ ਦਾ ਔਰ ਆਪਣੀ ਸੁਸਾਇਟੀ ਦੀ ਸੇਫਟੀ ਦਾ ਜੋ ਸਾਡੀਆਂ ਡਿਊਟੀਆਂ ਨੇ ਸੁਸਾਇਟੀ ਦੇ ਪ੍ਰਤੀ ਉਹਨਾਂ ਬਾਰੇ ਜਾਗਰੂਕ ਰਹਿੰਦੇ ਹੋਏ ਆਪਣੀ ਖੁਸ਼ੀ ਜ਼ਰੂਰ ਮਨਾਓ ਪਰ ਆਪਾਂ ਇੱਕ ਤਾਂ ਇਨਵਾਇਰਮੈਂਟਲ ਪੋਲਿਊਸ਼ਨ ਦਾ ਨੋਇਜ਼ ਪੋਲਿਊਸ਼ਨ ਦਾ ਔਰ ਦੂਸਰਿਆਂ ਦੀ ਸੇਫਟੀ ਦਾ ਵੀ ਧਿਆਨ ਰੱਖੀਏ ਸਰ ਇਹਦੇ ਨਾਲ ਨਾਲ ਗੈਂਬਲਿੰਗ ਦੇ ਬੜੇ ਇਨਸੀਡੈਂਟਸ ਹੁੰਦੇ ਜਿਹੜੀ ਇਲੀਗਲ ਗੈਂਬਲਿੰਗ ਵਗੈਰਾ ਉਸ 'ਤੇ ਵੀ ਕੋਈ ਵੱਖਰੇ ਤੌਰ 'ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹਾਂਜੀ ਅਸੀਂ ਸਾਰੇ SHOs ਅਤੇ ਸਾਰੇ ਆਫਿਸਰਸ ਨੂੰ ਇਸਦੇ ਬਾਰੇ ਕਿਹਾ ਕਿ ਜਿਹਦੇ ਏਰੀਏ 'ਚ ਇਹੋ ਜਿਹੀ ਗੱਲ ਹੋਏਗੀ ਹੀ ਵਿਲ ਬੀ ਹੈਲਡ ਰਿਸਪੋਂਸੀਬਲ ਉਹਦੀ ਜ਼ਿੰਮੇਵਾਰੀ ਉਸ ਲੋਕਲ ਥਾਣੇ ਦੀ ਔਰ ਲੋਕਲ ਆਫਿਸਰ ਦੀ ਹੋਏਗੀ ਜਿੱਥੇ ਕੋਈ ਵੀ ਇਲੀਗੈਲਿਟੀ ਪਾਈ ਜਾਂਦੀ ਹੈ ਅਸੀਂ ਰਿਕੁਐਸਟ ਕੀਤੀ ਹੈ ਜੀ ਉਹ ਮੈਨੂੰ ਲੱਗਦਾ ਸਾਨੂੰ ਹੈੱਡਕੁਆਟਰ ਤੋਂ ਮਿਲੇਗੀ ਅਸੀਂ ਉਹਦੇ ਵਾਸਤੇ ਅਸੀਂ ਮੰਗਵਾਈ ਹੈ ਜ਼ਰੂਰ ਔਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਸਾਨੂੰ ਐਕਸਟਰਾ ਫੋਰਸ ਵੀ ਮਿਲੇਗੀ ਅਸੀਂ ਪਰ ਆਪਣੇ ਜਿਹੜੇ ਨੋਨ ਐਕਟਿਵ ਪੁਲਿਸ ਡਿਊਟੀਜ਼ ਨੇ ਜਿਵੇਂ ਦਫ਼ਤਰ ਨੇ ਹੋਰ ਨੇ ਉਹਨਾਂ 'ਚੋਂ ਫੋਰਸ ਆਲਰੇਡੀ ਕੱਢੀ ਹੋਈ ਹੈ